ਹਾਂਜੀ ਵੈਲਕਮ ਜੀ ਆਪ ਸੌਦਾ ਪੰਜਾਬੀ ਇਮੀਡੀਆ ਚੈਨਲ ਦੇ ਉੱਤੇ ਸਭ ਵੀਰਾਂ ਪੈਣਾਂ ਦਾ ਬਜ਼ੁਰਗਾਂ ਦਾ ਬਹੁਤ ਬਹੁਤ ਸਵਾਗਤ ਆ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਆਈ ਦੀਆਂ ਨਵੀਆਂ ਖਬਰਾਂ ਤੇ ਹਰ ਰੋਜ਼ ਕੋਸ਼ਿਸ਼ ਕਰੀਦੀ ਆਪਾਂ ਤੁਹਾਨੂੰ ਵੀਡੀਓਆਂ ਨਵੀਆਂ ਅਪਡੇਟਸ ਜਿਹੜੀਆਂ ਦਿੱਤੀਆਂ ਜਾਣ ਲੈ ਕੇ ਆਜਨਾ ਵੀਰੋ ਅੱਜ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟਸ ਗੱਲ ਕਰਾਂਗੇ ਜੀ ਆਪਾਂ 27 ਅਗਸਤ ਦੀ ਤੇ ਦੇਖਦੇ ਆਂ ਵੀਰੋ ਅੱਜ ਦੀਆਂ ਕੁਝ ਨਵੀਆਂ ਅਪਡੇਟਸ ਵੀਡੀਓ ਨੂੰ ਵੀਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆ ਜੀ ਉਹ ਮਿਲ ਜਾਇਆ ਗੱਲ ਕਰੀਏ ਪਲੈਂਟਲੀ ਦੇ ਕੇਸਿਸ ਬਾਰੇ ਇਟਲੀ ਵਿੱਚ ਅੱਜ 265480 ਜਿਹੜਾ ਕੇਸ ਹੈ ਜੋ ਨਵਾਂ ਆ ਟੈਸਟ ਜਿਹੜਾ ਨਵਾਂ ਕੀਤਾ ਗਿਆ ਅੱਜ ਦਾ ਤੇ 7826 ਜਿਹੜਾ ਕੇਸ ਹੈ ਨਵਾਂ ਆ ਅੱਜ ਅੱਜ 45 ਲੋਕਾਂ ਦੀ ਜਿਹੜੀ ਆ ਜੀ ਮੌਤ ਹੋਈ ਹੈ ਤੇ ਜੇਕਰ ਗੱਲ ਕਰੀਏ ਠੀਕ ਹੋਣ ਵਾਲਿਆਂ ਦੀ ਉਹਨਾਂ ਦੀ ਗਿਣਤੀ ਜਿਹੜੀ ਆ ਜੀ 6717 ਹੈ ਅੱਜ ਦੀ ਤੇ ਆਪਣੇ ਐਕਟਿਵ ਜਿਹੜੇ ਕੇਸ ਹੈ ਹੁਣ ਇਸ ਵਕਤ 138118 ਜਿਹੜੇ ਆ ਚੱਲਦੇ ਪਏ ਆ ਇਸ ਤੋਂ ਇਲਾਵਾ ਬਾਕੀ 37 ਮਿਲੀਅਨ ਤੋਂ ਵੱਧ ਲੋਕਾਂ ਦੇ ਜਿਹੜੇ ਹੈ ਜੀ ਇਹ ਡਬਲ ਡੋਜ਼ ਜਿਹੜੀ ਹੈ ਵੈਕਸੀਨ ਲੱਗ ਚੁੱਕੀ ਹੈ ਤੇ ਲੁੰਬਾਰ ਦੀ ਚਾਰਟ 601 ਕੇਸ ਮੈਨੂੰ ਤੋਂ ਵਿੱਚ 694 ਕੰਪਾਨੀਆਂ ਚ 576 ਮਿਲੀ ਰੂਮਾਨੀਆਂ ਚ 732 ਲਾਟਿਚੋ ਵਿੱਚ 547 ਪੀ ਮੰਤਰੀ 302 ਤੋਸਕਾਨਾ ਚ 752 ਸਿਚੀਲੀਆ ਚ 1681 ਪੂਲੀਆ ਚ 302 ਜੂਲੀਆ ਚ 204 ਮਾਰਕੇ ਚ 222 ਲਿਗੂਰੀਆ ਚ 155 ਅਬਰੂਸੋ ਚ 87 ਕਲਾਬਰੀਆ ਚ 313 ਬੋਲਸੋਨੋ 76 ਸਰਦੇਨੀਆ ਚ 343 ਮੁਰੀਜ਼ ਜੀ ਅਸੀਬੂ 30 ਸੈਂਟੀ ਬਜ਼ਲਿਕਾ 1465 ਮੁਰੀਜ਼ੇ 51 ਦੇ ਵਾਲੇ ਦੋਸਤ ਚ ਇੱਕ ਜਿਹੜਾ ਕੇਸ ਅਜੇ ਨਵਾਂ ਆਇਆ ਇਸ ਤੋਂ ਬਾਅਦ ਵੀ ਲੋ ਚੱਲਦੀਆਂ ਜੇ ਆਪਾਂ ਹੁਣ ਅੱਜ ਦੀਆਂ ਨਵੀਆਂ ਅਪਡੇਟਸ ਦੇ ਬਾਰੇ ਸਭ ਤੋਂ ਪਹਿਲੀ ਅਪਡੇਟ ਆਪਨੇ ਆ ਰਹੀ ਹੈਗੀ ਜੀ ਸਕੂਲਾਂ ਨੂੰ ਲੈ ਕੇ ਸਕੂਲਾਂ ਨੂੰ ਲੈ ਕੇ ਅਪਡੇਟ ਹੈਗੀ ਹੈ ਵੈਕਸੀਨਾਂ ਬਾਰੇ ਜਿੱਦਣ ਦਾ ਸਰਕਾਰ ਨੇ ਵੀਰੂ ਨਵਾਂ ਜਿਹੜਾ ਅਪਡੇਟ ਸ਼ੇਅਰ ਕੀਤਾ ਹੋਇਆ ਵੀ ਜਿਹੜਾ ਵੈਕਸੀਨ ਜਿਹਨਾਂ ਨੇ ਆਪਣੀ ਨਹੀਂ ਲਗਵਾਉਣਾ ਉਹ ਸਕੂਲ ਦੇ ਵਿੱਚ ਆਪਣੀ ਹਾਜ਼ਰੀ ਨਹੀਂ ਲਗਵਾ ਸਕਦੇ ਉਹ ਦੋਸਤੋ ਬਾਅਦ ਫਿਰ ਜਿੰਨਾ ਵੀ ਸਕੂਲਾਂ ਦਾ ਸਟਾਫ ਆ ਜੀ ਉਹਨਾਂ ਨੇ ਆਪਣੀ ਲਈ ਵੈਕਸੀਨ ਲਗਵਾਉਣ ਦੀ ਦੀ ਸਪੀਡ ਆ ਕਾਫੀ ਜ਼ਿਆਦਾ ਵਧਾਤੀ ਆ ਹੁਣ ਇਸ ਵਕਤ ਸਕੂਲਾਂ ਦੇ ਵਿੱਚ ਜਿੰਨਾ ਵੀ ਸਟਾਫ ਹੈਗਾ ਆ ਜਿੰਨਾ ਪੂਰੀ ਤਲੀ ਵਿਚਾਲ ਸਟਾਫ ਨੂੰ ਵਿੱਚ 90.45% ਜਿਹੜੇ ਲੋਕ ਆ ਉਹਨਾਂ ਨੇ ਆਪਣੀ ਵੈਕਸੀਨ ਜਿਹੜਾ ਲਗਵਾ ਲਿਆ ਹੈ ਸੋ ਇਸ ਕਰਕੇ ਸਕੂਲਾਂ ਵਿੱਚ ਹੁਣ 90% ਤੋਂ ਬਾਅਦ ਜਿਹੜਾ ਸਟਾਫ ਆ ਸਾਰਾ ਵਿੱਚ ਇਨਕਲੂਡ ਟੀਚਰ ਆਪਣੇ ਨੇ ਵੈਕਸਿਨ ਨਾਲ ਜਿਹੜੀ ਹੈ ਸੇਫ ਹੋ ਚੁੱਕਿਆ ਇਸ ਤੋਂ ਬਾਅਦ ਗੱਲ ਕਰਦੇ ਆਂ ਅਗਲੀ ਅਪਡੇਟ ਦੀ ਅਗਲੀ ਜਿਹੜੀ ਅਪਡੇਟ ਆਪਣੀ ਆ ਰਹੀ ਹੈਗੀ ਜੀ ਫਰਾਂਸ ਤੋਂ ਫਰਾਂਸ ਦੀ ਜੇਕਰ ਗੱਲ ਕਰੀਏ ਫਰਾਂਸ ਦੇ ਵਿੱਚ ਜਿਹੜਾ ਗ੍ਰੀਨ ਪਾਸ ਜਿਹੜਾ ਹੈ ਜੀ ਅਗਸਟ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਨਹੀਂ ਉਪਲਬਧ ਹੋ ਰਿਹਾ ਕਰਤੋ ਸਿਰਕੇ ਰੈਸਟੋਰੈਂਟ ਵਾਸਤੇ ਸਿਨੇਮਾ ਵਾਸਤੇ ਮਿਊਜ਼ੀਅਮ ਬੱਸਾਂ ਟ੍ਰੇਨਾਂ ਤੇ ਯਾਤਰਾਾਂ ਦੇ ਵਾਸਤੇ ਤੇ ਜਿਹੜੇ ਫਰਾਂਸ ਦੇ ਵਿੱਚ ਜਿਹੜਾ ਵਾਇਰਸ ਦੀ ਜਿਹੜੀ ਸਪੀਡ ਹੈ ਜੀ ਉਹ ਜਿਹੜੀ ਆ ਇਸ ਵਕਤ ਫਾਜ਼ੇ ਦੀ ਰਲੈਂਟਮੈਂਟ ਤੋਂ ਵਿੱਚ ਹੈ ਮਤਲਬ ਵੀ ਇਸ ਵਕਤ ਇਹਦਾ ਜਿਹੜਾ ਜਿਸ ਜਿਸ ਫੇਸ ਦੇ ਵਿੱਚੋਂ ਚੱਲ ਰਿਹਾ ਆ ਉਹ ਜਿਹੜਾ ਹੈ ਕਾਫੀ ਸੋ ਸਪੀਡ ਦੇ ਨਾਲ ਚੱਲ ਰਿਹਾ ਆ ਹੌਲੀ ਹੋ ਰਹੀ ਹੈ ਕਿਨਾਲੋ ਸਪੀਡ ਉਹਦੀ ਜਿਹੜੀ ਹੈ ਡਾਊਨ ਜਾ ਰਹੀ ਹੈ ਜਿਹੜੀ ਕਿ ਉੱਥੇ ਵਾਸਤੇਕ ਜਿਹੜੀ ਹੈ ਚੰਗੀ ਅਪਡੇਟ ਆ ਇਸ ਤੋਂ ਇਲਾਵਾ ਹੱਲੇ ਕੋਈ ਜੁੜੇ ਇੰਚਰ ਟੈਸਟ ਜਿਹੜੀਆਂ ਉਹ ਕੋ ਹੱਲੇ ਵੀ ਹੈਗੇ ਆ ਕਿਉਂਕਿ ਹੱਲੇ ਕਾਫੀ ਜਿਹੜੇ ਸਕੂਲ ਖੁੱਲਣਗੇ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਜਿਹੜੇ ਉੱਥੇ ਦੇ ਐਕਸਪਰਟਸ ਕਹਿ ਰਹੇ ਵੀ ਕੇਸ ਵਧਣ ਦੀ ਸੰਭਾਵਨਾ ਦੁਬਾਰਾ ਤੋਂ ਜਿਹੜੀ ਹੈ ਵੱਧਦੀ ਹੈ ਤੇ ਜਿਹੜਾ ਇਸ ਵਕਤ ਜੇਕਰ ਆਪਾਂ ਗੱਲ ਕਰੀਏ ਲਾਸਟ ਜਿਹੜੀ ਜਿਹੜੇ 16 ਤੋਂ ਲੈ ਕੇ 22 ਅਗ ਉਸੇ ਦੇ حساب ਦੇ ਨਾਲ ਹਰ 1 ਲੱਖ ਅਭਿਤਾਣਤੀ ਦੇ ਪਿੱਛੇ 1 ਲੱਖ ਬੰਦੇ ਦੇ ਪਿੱਛੇ 216 ਬੰਦੇ ਜਿਹੜੇ ਆ ਜੀ ਉਹਦੇ ਜਿਹੜਾ ਪੋਜ਼ਿਟਿਵ ਹੋ ਰਿਹਾ ਇਟਲੀ ਨਾਲੋਂ ਦੋ ਜਿਹੜੇ ਕੇਸ ਹੈ ਉੱਥੇ ਜਿਹੜੇ ਆ ਜ਼ਿਆਦਾ ਆ ਰਹੇ ਆ ਫਰਾਂਸ ਦੇ ਵਿੱਚ ਕਾਫੀ ਜ਼ਿਆਦਾ ਇਟਲੀ ਵਿੱਚ ਆਪਣੇ ਜਿਹੜੇ ਕੇਸ ਹੈ ਇਸ ਵਕਤ 50 ਤੋਂ ਵੀ ਥੱਲੇ ਜਿਹੜੇ ਆ ਜ਼ਿਆਦਾ ਸਟੇਟਸ ਦੇ ਵਿੱਚ ਤੇ ਐਵਰੇਜ ਜਿਹੜੀ ਆਪਣੀ ਤਕਰੀਬਨ 70 ਦੇ ਕਰੀਬ ਹੈ ਇਸ ਵੇਲੇ ਚੱਲਦੀ ਪਈ ਤੇ ਵੈਸੇ ਇਹ ਜਿਹੜਾ ਆ ਪਿਛਲੇ ਹਫ਼ਤੇ ਦੇ ਨਾਲੋਂ ਕੁਝ ਦਿਨਾਂ ਤੋਂ ਪਹਿਲਾਂ ਜਿਹੜਾ ਕੇਸ ਜਿਹੜੇ ਉੱਥੇ ਤੋਂ ਘਟਣੇ ਜਿਹੜੇ ਆ ਸਟਾਰਟ ਹੋਈ ਆ ਬੇਸਿਕਲੀ ਫਰਾਂਸ ਦੇ ਵਿੱਚ ਐਵਰੇਜ ਜੇਕਰ ਕੱਢੀ ਜਾਵੇ ਤੇ 20740 ਜਿਹੜੇ ਕੇਸ ਹੈ ਜੀ ਐਵਰੇਜ ਦੇ ਤੌਰ ਤੇ ਹਰ ਰੋਜ਼ ਫਰਾਂਸ ਦੇ ਵਿੱਚ ਨਵਾਂ ਆਉਂਦਾ ਆ ਤੇ ਜੇਕਰ ਗੱਲ ਕਰੀਏ ਆਪਣੀ ਇਟਲੀ ਦੀ ਤੇ ਇਟਲੀ ਵਿੱਚ ਆਪਣ ਜਿਹੜੇ ਕੇਸ ਹੈ ਜੀ ਕਾਫੀ ਘੱਟ ਆਉਂਦਾ ਆ ਰਿਸਪੈਕਟ ਜੇਕਰ ਗੱਲ ਕਰੀਏ ਫਰਾਂਸ ਦੇ ਨਾਲ ਕੰਪੇਅਰ ਕਰੀਏ ਇਸ ਤੋਂ ਬਾਅਦ ਚੱਲਦੀ ਹੈ ਜੇ ਅਗਲੀ ਅਪਡੇਟ ਦਿਵਾਲਾ ਅਗਲੀ ਅਪਡੇਟ ਹੈਗੀ ਆਪਣੀ ਚਾਈਨਾ ਤੋਂ ਚਾਈਨਾ ਨੇ ਜਿਹੜੀਆਂ ਜੀ ਦੋ ਜਿਹੜੀਆਂ ਫਲਾਈਟਸ ਸਸਪੈਂਡ ਕੀਤੀਆਂ ਅੱਜ ਇੱਕ ਤਾਂ ਉਹਨੇ ਸਸਪੈਂਡ ਕੀਤੀ ਹੈ ਜੀ ਸ਼ਿਆਮਨ 에ਅਰਲਾਈਨਸ ਤੇ ਦੂਜੀ ਸਾਊਥਰਨ 에ਅਰਲਾਈਨਸ ਜਿਹੜੇ ਆ ਉਸ ਸਪਿੰਡ ਰੁਕ ਦਿੱਤੀਆਂ ਗਿਆ ਫਲਾਈਟਸ ਬੇਸਿਕਲੀ ਇਹਨਾਂ ਵਿੱਚ ਜਿਹੜੇ ਪੋਜ਼ਿਟਿਵ ਬੰਦੇ ਜਿਹੜੇ ਇਹਨਾਂ ਨੂੰ ਮਿਲੇ ਆ ਫਲਾਈਟਸ ਦੇ ਵਿੱਚ ਜਿਹਦੇ ਕਰਕੇ ਜਿਹੜੇ ਇਹ ਫਲਾਈਟਾਂ ਉਹਨਾਂ ਨੂੰ ਰੋਕੀਆਂ ਜਾਂ ਤੇ ਫਿਲਹਾਲ ਜਿਹੜੀਆਂ 30 ਅਗਸਤ ਤੱਕ ਜਿਹੜੀਆਂ ਦੋ ਫਲਾਈਟਸ ਰੁਕ ਦਿੱਤੀਆਂ ਗਈਆਂ ਆ 30 ਅਗਸਤ ਤੋਂ ਆਪਣੀ ਜਿਹੜੀ ਸ਼ੁਰੂਆਤ ਹੋਣੀ ਹੈ ਜਿਨ੍ਹਾਂ ਦੀ 30 ਅਗਸਤ ਤੋਂ ਸ਼ੁਰੂਆਤ ਹੋਗੇ 30 ਅਗਸਤ ਤੋਂ ਦੋ ਹਫ਼ਤੇ ਬਾਅਦ ਜਿਹੜੇ ਆ ਉਹ ਜਿਹੜੇ ਆ ਰੁਕੀ ਜਾਣੀਆਂ ਫਲਾਈਟਸ ਇਸ ਤੋਂ ਬਾਅਦ ਗੱਲ ਕਰਦਿਆਂ ਜੇ ਆਪਾਂ ਅਗਲੇ ਲਈ ਅਪਡੇਟ ਦੀ ਗੱਲ ਕਰੀਏ ਇੰਗਲੈਂਡ ਦੀ ਇੰਗਲੈਂਡ ਬਾਰੇ ਸਾਨੂੰ ਆਪਣੇ ਕਾਫੀ ਸਾਡੇ ਵੀਰ ਜਿਹੜੇ ਜੁੜੇ ਹੋਏ ਆ ਉਹ ਬਹੁਤ ਪੁੱਛਦੇ ਹੁੰਦੇ ਪਾਜੀ ਇੰਗਲੈਂਡ ਦੀ ਤੁਸੀਂ ਅਪਡੇਟ ਜਿਹੜੀ ਆ ਘੱਟ ਦੰਨੇ ਇੰਗਲੈਂਡ ਦੀ ਵੀ ਜੀ ਆਕਰ ਸਾਨੂੰ ਸੋ ਅਸੀਂ ਤਾਂ ਕੋਸ਼ਿਸ਼ ਕਰੀ ਦੀ ਆ ਜੀ ਵੀ ਇੰਗਲੈਂਡ ਦੀ ਤਾਂ ਅਪਡੇਟ ਵੀਡੀਓ ਵੱਧ ਤੋਂ ਵੱਧ ਦੇ ਦਿੱਤੀ ਜਾਵੇ ਚੈਨਲ ਦੇ ਵਿੱਚ ਪਰ ਜਿੱਦਾਂ ਕਿ ਅਸੀਂ ਬਾਹਰ ਵੀਰੋਂ ਟਾਲੀਅਨ ਨਿਊਜ਼ ਲਿਖਦੇ ਆ ਤੇ ਇਸ ਕਰਕੇ ਅਸੀਂ ਜਿਹੜੀ ਇਹ ਕੋਸ਼ਿਸ਼ ਕਰੀ ਦੀ ਆ ਵੀ ਜ਼ਿਆਦਾ ਜਿਹੜੀਆਂ ਖਬਰਾਂ ਆਪਣੀਆਂ ਮੇਨ ਫੋਕਸ ਆ ਇਟਲੀ ਦੇ ਉੱਤੇ ਰੱਖਿਆ ਜਾਵੇ ਤੇ ਜ਼ਿਆਦਾ ਬੈਟਰ ਆ ਪਰ ਫਿਰ ਵੀ ਅਸੀਂ ਜਿਹੜੀਆਂ ਬਾਕੀ ਦੇਸ਼ਾਂ ਦੀ ਕੋਸ਼ਿਸ਼ ਕਰੀ ਦੀਆਂ ਵੀ ਵੱਧ ਤੋਂ ਵੱਧ ਖਬਰਾਂ ਇਹਨਾਂ ਇਨਕਲੂਡ ਕਰਤੀਆਂ ਜਾਣ। ਸੋ ਗੱਲ ਕਰ ਰਿਹਾ ਸੀ ਕਿ ਆਪਾਂ ਯੂਕੇ ਦੀ। ਯੂਕੇ ਦੇ ਵਿੱਚ ਜਿਹੜੇ ਕੇਸ ਹੈ ਜੀ ਹੁਣ ਇਸ ਵਕਤ ਜਿਹੜਾ ਜਿਹੜੀ ਤਿੰਨ ਤਿੰਨ ਦਾ ਜਿਹੜਾ ਟ੍ਰੈਂਡ ਹੈ ਉੱਥੇ ਤਾਂ ਥੋੜਾ ਜਿਹਾ ਦੁਬਾਰਾ ਜਿਹੜਾ ਕਰ ਵੇੜਾ ਫਿਰ ਤੋਂ ਜਿਹੜਾ ਵਧਣ ਲੱਗਾ ਆ। ਇਹ ਜਿਹੜੀ ਰਿਪੋਰਟ ਜਿਹੜੀ ਹੈ ਜੀ ਇਹ ਜਿਹੜੀ ਹੈ ONS ਨੇ ਜਿਹੜੀ ਹੈ ਸ਼ੇਅਰ ਕੀਤੀ ਹੈ ਆਫਿਸ ਫੋਰ ਨੈਸ਼ਨਲ ਸਟੈਟਿਸਟਿਕਸ ਵਾਲਿਆਂ ਨੇ ਪਿਛਲੇ 20 ਅਗਸਤ ਨੂੰ ਜਿਹੜੀ ਇਹ ਰਿਪੋਰਟ ਵੀ ਇਹ ਗਸਤ ਤਿਆਰ ਕੀਤੀ ਸੀ ਉਹਦੇ ਵਿੱਚ ਨੇ ਦੇਖਿਆ ਵੀ ਇਸ ਵਕਤ ਜਿਹੜੀ ਆਪਣੇ ਯੂਕੇ ਦੇ ਵਿੱਚ ਜਿਹੜੀ ਕੇਸ ਹੈ ਜੀ ਇਹ ਪਿਛਲੇ ਕੁਝ ਸਮੇਂ ਤੋਂ ਜਿਹੜੇ ਦੁਬਾਰਾ ਤੋਂ ਵਧਨੇ ਸਟਾਰਟ ਹੋਏ ਆ ਜਿਹੜਾ ਆਪਣਾ ਆਰਟੀ ਲੈਵਲ ਜਿਹੜਾ ਹੈ ਇਸ ਵਕਤ ਉਹ ਵੀ ਜਿਹੜਾ ਆ ਜਿਹੜਾ ਉੱਪਰ ਨੂੰ ਥੋੜਾ ਜਿਹਾ ਜਾ ਰਿਹਾ ਆ ਤੇ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਆਰਟੀ ਲੈਵਲ ਸੀਗਾ ਇਹ 0.9 ਤੋਂ ਜਿਹੜਾ ਵੱਧ ਕੇ 1.1 ਤੇ ਜਿਹੜਾ ਆ ਪਹੁੰਚ ਗਿਆ ਆ ਇਸ ਤੋਂ ਬਾਅਦ ਚਲਦੇ ਆ ਵੀਰ ਅਗਲੀ ਅਪਡੇਟ ਦੇ ਵੱਲ ਗੱਲ ਕਰੀਏ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਜੀ ਇਸ ਵਕਤ ਜਿਹੜੇ ਲੈਸਨ ਜਿਹੜੇ ਆ ਸਕੂਲਾਂ ਦੇ ਬੱਚਿਆਂ ਦੇ ਪ੍ਰੀਸੈਂਸਾ ਦੇ ਵਿੱਚ ਲੱਗਣਗੇ ਤੇ 6 ਸਤੰਬਰ ਤੋਂ ਜਿਹੜੇ ਆ ਜੀ ਸਕੂਲ ਆਸਟ੍ਰੇਲੀਆ ਵਿੱਚ ਖੋਲ ਦਿੱਤੇ ਜਾਣੇ ਆ 6 ਸਤੰਬਰ ਤੋਂ ਚੀਤਾ ਆ ਗਿਆ ਜਿਹੜੀ ਆਪਣੀ ਇਸੇ ਦੀ ਸਟੇਟ ਟਾਈਟਲੀ ਦੀ ਹਾਲ ਤੋਂ ਅਦੀ ਜੇ ਜਿਹੜੀ ਹੈ ਇਹਦੇ ਵਿੱਚ ਵੀ ਜਿਹੜੇ ਬੱਚਿਆਂ ਦੇ ਸਕੂਲ ਹੈ ਜੀ ਉਹ 6 ਸਤੰਬਰ ਤੋਂ ਖੁੱਲਣਗੇ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਸਕੂਲ ਹੈ ਲੇਟ ਖੁੱਲਣੇ ਆ ਪਰ ਹਾਲ ਤੋਂ ਅਦੀ ਜੇ ਦੇ ਵਿੱਚ ਜਿਹੜੇ ਸਕੂਲ ਹੈ ਜੀ 6 ਸਤੰਬਰ ਤੋਂ ਉਹਨਾਂ ਨੇ ਖੋਲ ਦੇਣੇ ਆ ਟਾਈਟਲੀ ਦੀ ਇਹ ਪਹਿਲੀ ਸਟੇਟ ਹੈ ਦੇ ਵਿੱਚ ਸਭ ਤੋਂ ਪਹਿਲਾਂ ਸਕੂਲ ਖੁੱਲਣਗੇ ਤੇ ਗੱਲ ਕਰ ਰਿਹਾ ਸੀ ਆਪਾਂ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਜਿਹੜੇ ਉਸ ਦੇ ਜਿਹੜੇ ਸਕੂਲਾਂ ਦੇ ਮਿਨਿਸਟਰ ਆ ਜੀ ਹੇਨਸ ਫੈਂਸਮਾਨ ਜਿਹੜੇ ਉਹਨਾਂ ਦੇ ਮਿਨਿਸਟਰ ਆ ਉਹਨਾਂ ਵੱਲੋਂ ਪ੍ਰਿਟ ਦਿੱਤੀ ਗਈ ਉਹਨਾਂ ਨੇ ਦੱਸਿਆ ਵੀ ਜਿਹੜੇ ਬੱਚਿਆਂ ਦੇ ਸਕੂਲ ਆ ਜੀ ਇਹ ਜਿਹੜਾ ਨੂੰ ਸਕਵਾਸਤਿਕੋਆ ਇਹ ਜਿਹੜਾ ਆ ਅਸੀਂ ਸਿਕੁਰਿਟੀ ਦੇ ਵਿੱਚ ਖੋਲਣਾ ਚਾਹੁੰਦੇ ਹਾਂ ਸਿਫਟੀ ਦੇ ਨਾਲ ਇਸ ਕਰਕੇ ਅਸੀਂ ਕੋਈ ਵੀ ਜਿਹੜਾ ਰਿਸਕ ਨਹੀਂ ਲੈਣਾ ਬੱਚਿਆਂ ਦੇ ਨਾਲ ਤੇ ਉਹਨਾਂ ਨੇ ਇਹ ਕਹਿ ਦਿੱਤਾ ਵੀ ਜਿਹੜੇ ਲੈਸਨ ਆ ਜੀ ਹਮੇਸ਼ਾ ਪ੍ਰੈਸੈਂਸਾ ਦੇ ਵਿੱਚ ਰਹਿਣਗੇ ਅਸੀਂ ਜਿਹੜੇ ਆ ਬੰਦ ਲੈਸਨ ਜਿਹੜੇ ਆ ਨਹੀਂ ਕਰਨੇ ਹੈਗੇ ਤੇ ਜਿਹੜੇ ਵੀਰੋ ਜਿਹੜੇ ਪਹਿਲੇ 3 ਹਫਤੇ ਹੋਨੇ ਆ ਜੀ ਇਸ ਇਸ ਜਿਹੜੇ ਜਿਹੜੇ ਲੈਸਨ ਦੇ ਜਿਹੜੇ ਸਕੂਲਾਂ ਦੇ ਪਹਿਲੇ 3 ਹਫਤੇ ਹੋਨੇ ਆ ਉਹਨਾਂ ਵਿੱਚ ਜਿਹੜੇ ਸਟੂਡੈਂਟ ਆ ਜੀ ਹਰ ਹਫਤੇ ਉਹਨਾਂ ਦੇ ਜਿਹੜੇ ਆ ਹਰ ਵੀਕ ਦੇ ਵਿੱਚ ਉਹਨੂੰ ਤਿੰਨ ਵਾਰ ਜਿਹੜੇ ਟੈਸਟ ਜਿਹੜਿਆ ਕੀਤੇ ਜਾਣੇ ਆ ਤੇ ਉਹਨਾਂ ਦੇ ਜਿਹੜੇ ਆ ਤੇ ਦੋ ਜਿਹੜੇ ਟੰਪੂਨੀਆਂ ਦੇ ਅੰਤ ਜਾਨੀ ਕਿ ਜਿਹੜੀ ਜਿਹੜੇ ਹੋਨੇ ਆ ਤੇ ਕਿਹੜਾ ਟੰਪੂਨ ਜਿਹੜਾ ਮੋਲੀਕੂਲ ਆ ਜਿਹਨੂੰ ਉਹਦਾ ਕੀਤਾ ਜਾਣਾ ਆ ਤੇ ਜੇਕਰ ਗੱਲ ਕਰੀ ਟੀਚਰਾਂ ਦੀ ਟੀਚਰਾਂ ਵਾਸਤੇ ਰੂਲ ਹੈ ਵੀ ਜਿਹਨਾਂ ਟੀਚਰਾਂ ਨੂੰ ਵੈਕਸੀਨ ਲੱਗਾ ਆ ਜੀ ਉਹਨਾਂ ਵਾਸਤੇ ਦਾ ਜਿਹੜੇ ਆ ਜੀ ਤੇ ਨਹੀਂ ਟੈਸਟ ਜਿਹੜੇ ਤਿੰਨ ਵਾਰੀ ਐਂਟੀਜੇਨੀ ਚੀਰਾ ਉਹਨਾਂ ਦਾ ਹੋ ਸਕਦਾ ਆ ਉਹ ਕਰਾ ਸਕਦੇ ਨੇ ਜਿਹੜਾ ਦੀ ਵੈਕਸੀਨ ਨਹੀਂ ਲੱਗਾ ਉਹਨਾਂ ਨੂੰ ਹਫਤੇ ਦੇ ਵਿੱਚ ਇੱਕ ਵਾਰ ਜਿਹੜਾ ਆਪਣਾ ਟੰਪੂਨੇ ਮੋਲੀਕੂਲਰ ਜਿਹੜਾ ਹੁੰਦਾ ਆ ਉਹ ਜਿਹੜਾ ਕਰਵਾ ਪੈਣਾ ਸੋ ਜਿਹੜੇ ਟੈਸਟ ਇਹ ਜੇ ਸਾਰੇ ਬੱਚਿਆਂ ਦੇ ਉੱਤੇ ਕੀਤੇ ਜਾਣਗੇ ਆਸਟ੍ਰੇਲੀਆ ਦੇ ਵਿੱਚ ਤੇ ਇਹ ਟੈਸਟ ਜਿਹੜੇ ਬੱਚਿਆਂ ਨੇ ਤੇ ਫਿਲਹਾਲ ਤਿੰਨ ਹਫਤੇ ਆ ਤੇ ਟੀਚਰਾਂ ਦੇ ਵੀ ਤਿੰਨ ਹਫਤੇ ਆ ਇਹਦੇ ਵਿੱਚ ਇਹਨਾਂ ਨੇ ਦੇਖਣਾ ਆ ਵੀ ਪੋਜ਼ਿਟਿਵ ਜਿਹੜੀ ਐ ਪੋਜ਼ਿਟਿਵਿਟੀ ਜਿਹੜੀ ਕਿੰਨੀ ਜ਼ਿਆਦਾ ਵੱਧਦੀ ਐ ਸੋ ਇਸ ਟਾਈਪ ਸਭ ਤੋਂ ਪਹਿਲਾਂ ਜਿਹੜਾ ਆਸਟ੍ਰੇਲੀਆ ਨੇ ਹੀ ਚੱਕਿਆ ਆ ਇਸ ਤੋਂ ਅਗਲੀ ਜਿਹੜੀ ਅਪਡੇਟ ਆਪਣੀ ਆ ਰਹੀ ਹੈਗੇ ਜੂ ਹੈਗੇ ਆਪਣੀ ਜਿਹੜੇ ਇਥੇ ਦੇ ਵਾਇਰੋਲੋজিস্ট ਐਫ ਫਬ੍ਰੀਤਸ ਉਪਰ ਲਿਆਸ ਕੋ ਇਹਨਾਂ ਦੇ ਵੱਲੋਂ ਇਹਨਾਂ ਵੱਲੋਂ ਇੱਕੜੀ ਦੱਸਿਆ ਇਨਫੋਰਮੇਸ਼ਨ ਦਿੱਤੀ ਗਈ ਇਹਨਾਂ ਨੇ ਕਿਹਾ ਆ ਵੀ ਅਸੀਂ ਜਿਹੜੇ ਇਹ ਸਕੀਮ ਜਿਹੜੀ ਸਰਕਾਰ ਸੂਚ ਰਹੀ ਹੈ ਜੇਕਰ ਜਦੋਂ ਆਪਣੀ ਜਿਹੜੀ ਵੈਕਸੀਨੇਸ਼ਨ ਦੀ ਗਿਣਤੀ ਹੈ ਜੀ 80% ਦੇ ਦਰਨ ਆਪਣੀ ਪਾਰ ਕਰ ਗਈ ਜਦਨ ਆਪਣੀ ਪੋਪੂਲੇਸ਼ਨ 80% ਤੋਂ ਬਾਅਦ ਉਹਨਾਂ ਦੇ ਵੈਕਸੀਨ ਲੱਗ ਗਿਆ ਉਸ ਤੋਂ ਬਾਅਦ ਅਸੀਂ ਫਿਰ ਜਿਹੜੀ ਇਹ ਜਿਹੜੀ ਕੁਆਰੰਟਾਈਨ ਜਿਹੜਾ ਇਥੇ ਇਟਲੀ 'ਤੇ ਤੁਹਾਨੂੰ ਹੋਣਾ ਪੈਂਦਾ ਆ ਕੇ ਉਹਨੂੰ ਜਿਹੜਾ ਆ ਅਸੀਂ ਖਤਮ ਕਰ ਸਕਦੇ ਹਾਂ ਇਹ ਰੂਲ ਨੂੰ ਤੇ ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਵੀਡੀਓ ਪ੍ਰਿਲਾਇਸ ਕੁਇਡ ਕੀ ਬਾਹਰ 로ਜਿਸਟ ਹੈ ਉਹਨੇ ਜਿਹੜੀ ਦਿੱਤੀ ਆ ਤੇ 80% ਤੱਕ ਦੀ ਜਿਹੜੀ ਇਹ ਵੇਟ ਕਰ ਰਹੀ ਆ ਫਿਲਹਾਲ ਆਪਾਂ ਅੰਡੀਆਂ ਹੱਲੇ ਤੱਕ ਗਏ ਨਹੀਂ ਜਿਹੜੀ ਇਟਲੀ ਦੀ ਅਸੀਂ 80% ਦੇ ਕਰੀਬ ਨਹੀਂ ਪਹੁੰਚੀ ਹੈਗੀ ਹੱਲੇ ਆਪਾਂ 70 ਵੀ ਜਿਹੜੀਆਂ ਨਹੀਂ ਟੱਪੇ ਤਾਂ ਹੱਲੇ ਆਪਾਂ ਕਾਫੀ ਜਿਹੜੇ ਪਿੱਛੇ ਆ ਇਸ ਤੋਂ ਇਲਾਵਾ ਆਪਣੇ ਕਈਆਂ ਵੀਰ ਨੇ ਸਾਨੂੰ ਕਮੈਂਟ ਕੀਤੇ ਗਏ ਸੀ ਕਈ ਦਿਨਾਂ ਤੋਂ ਭਾਜੀ ਜਿਹੜੇ ਕਰ ਅਸੀਂ ਆਪਣੇ ਵੈਕਸੀਨ ਲਗਵਾਏ ਹੋਏ ਆ ਹੁਣ ਅਸੀਂ ਜਿਹੜੇ ਆ ਪੋਜ਼ਿਟਿਵ ਹੋ ਸਕਦੇ ਆ ਵੈਕਸੀਨ ਲਗਵਾ ਕੇ ਜਾਂ ਵੈਕਸੀਨ ਤੋਂ ਬਾਅਦ ਸਾਨੂੰ ਕੋਈ ਵੀ ਖਤਰਾ ਨਹੀਂਗਾ ਸੂਰੋ ਵੈਕਸੀਨ ਜਿਹੜਾ ਮੀਨ ਮਤਲਬ ਉਹ ਇਹ ਹੈ ਵੀ ਵੈਕਸੀਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਪੋਜ਼ਿਟਿਵ ਨਹੀਂ ਹੋ ਸਕਦੇ ਵੈਕਸੀਨ ਦਾ ਮਤਲਬ ਹੈਗਾ ਵੀ ਤੁਸੀਂ ਜੇਕਰ ਪੋਜ਼ਿਟਿਵ ਹੁੰਦੇ ਆ ਤੁਹਾਡਾ ਮਰਨ ਦਾ ਜਿਹੜੀ ਰਿਸਕ ਹੈ ਜੀ ਇਸ ਬਿਮਾਰੀ ਦੇ ਨਾਲ ਉਹ ਕਾਫੀ ਹੱਦ ਤੱਕ ਖਤਮ ਹੋ ਜਾਣਾ ਹੈ ਵੈਕਸੀਨ ਦੀ ਜਿਹੜੀ ਪਰਸੈਂਟੇਜ ਜਿਹੜੀ ਹੈ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਵੈਕਸੀਨ ਸੀਗੇ ਜਿਹੜੇ ਫਾਈਜ਼ਰ ਤੇ ਜਾ ਮੋਡਰਨਾ ਜਿਹੜੀ ਵੀ ਹੈਗੇ ਆ ਇਹਨਾਂ ਦੀ ਜਿਹੜੀ ਪਰਸੈਂਟੇਜ ਜਿਹੜੀ ਸੀਗੀ ਐਫੀਸ਼ੀਐਂਸ ਸੀਗੀ ਉਹ ਕਾਫੀ ਜ਼ਿਆਦਾ ਸੀਗੀ 90 95% ਤੱਕ ਜਿਹੜੇ ਕੰਮ ਕਰ ਰਹੇ ਸੀਗੇ ਹੁਣ ਜੇਕਰ ਗੱਲ ਕਰੀ ਡੈਲਟਾ ਵੈਰੀਐਂਟ ਦੇ ਉੱਤੇ ਜਿਹੜੇ 90-95% ਤੱਕ ਜਿਹੜੇ ਆ ਨਹੀਂ ਕਰਦੇ ਹੈਗੇ ਇਹਨਾਂ ਦੀ ਐਫੀਸ਼ੀਐਂਸ ਜਿਹੜੀ ਆ 80 ਤੋਂ ਲੈ ਕੇ 85-86% ਦੇ ਵਿੱਚ ਜਿਹੜੀ ਆ ਕੰਮ ਕਰ ਰਹੀ ਹੈ ਇਸ ਵਕਤ ਇਸ ਕਰਕੇ 100% ਜਿਹੜੇ ਸੇਫ ਨਹੀਂ ਕਿ ਵੈਕਸੀਨ ਲਗਵਾ ਕੇ ਤੁਸੀਂ ਡਬਲ ਡੋਜ਼ ਵੀ ਲਗਵਾਈ ਹੈ ਪਰ ਇੱਕ ਗੱਲ ਜ਼ਰੂਰ ਹੈ ਵੀ ਮਰਨ ਦੀ ਜਿਹੜੀ ਗਿਣਤੀ ਹੈ ਜੀ ਉਹ ਜਿਹੜੇ ਘਟੜੇ ਵੈਕਸੀਨ ਲਗਾਇਆ ਤੇ ਮਰਨ ਦੀ ਜਿਹੜੀ ਨੌਬਤ ਬੰਦੇ ਦੀ ਜਿਹੜੀ ਨਹੀਂ ਆਉਂਦੀ ਫਿਰ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਵੈਕਸੀਨ ਲਗਵਾ ਕੇ ਜਿਹੜੀ ਸੇਫਟੀ ਜਿਹੜੀ ਆ ਕਾਫੀ ਹੱਦ ਤੱਕ ਬੰਦੇ ਦੀ ਵੱਜ ਜਾਂਦੀ ਆ ਇਸ ਤੋਂ ਬਾਅਦ ਗੱਲ ਕਰੀ ਅਗਲੀ ਅਪਡੇਟ ਦੀ ਇਟਲੀ ਦੇ ਵਿੱਚ ਇਸ ਵਕਤ ਕਾਫੀ ਜਿਹੜੇ ਆਪਰੇਟਰੀ ਸੈਨੀਟਰੀ ਤੁਹਾਨੂੰ ਆਪਾਂ ਕੱਲ ਖ਼ਬਰ ਦਿੱਤੀ ਸੀਗੀ ਇਹ ਵੀ 150 200 ਜਿਹੜਾ ਬੰਦਾ ਸਸਪੈਂਡ ਕੀਤਾ ਗਿਆ ਆ। ਇਸ ਵਕਤ ਉਸ ਕਾਨਾਂ ਦੇ ਵਿੱਚ ਵੀ ਜਿਹੜੇ ਆ ਇਸ ਵਕਤ ਕਾਫੀ ਜਿਹੜੇ ਆਪਰੇਟਰੀ ਸੈਨੀਟਰੀ ਆ ਜਿਹੜੇ ਇਹਨਾਂ ਨੇ ਜਿਹੜੇ ਆਪਣੇ ਵੈਕਸੀਨ ਨਹੀਂ ਲਗਵਾਏ ਹੈਗੇ ਹਲੇ ਤੱਕ। ਤਕਰੀਬਨ 4500 ਬੰਦਾ ਇਸ ਵਕਤ ਹੈਗਾ ਜਿਨ੍ਹਾਂ ਨੇ ਆਪਣੇ ਵੈਕਸੀਨ ਨਹੀਂ ਲਗਵਾਇਆ ਤੇ ਉਹਨਾਂ ਨੂੰ ਜਿਹੜੀ ਆ ਜੀ ਹੁਣ ਸਰਕਾਰ ਵੱਲੋਂ ਜਿਹੜੀ ਲੈਟਰ ਜਿਹੜੇ ਆ ਸਸਪੈਂਸ਼ਨ ਦੇ ਲਈ ਲੈਟਰ ਹੁੰਦੇ ਆ ਲੈਟਰ ਦੀ ਸਸਪੈਂਸ ਸੀ ਉਹਨੇ ਉਹ ਜਿਹੜੇ ਜਾਰੀ ਕਰ ਤੇ ਹੌਲੀ ਹੌਲੀ ਲੋਕਾਂ ਦੀ ਜਿਹੜੀ ਆ ਕਰਨ ਤਾਂ ਕੋਈ ਜਿਹੜੀ ਲੈਟਰ ਪਹੁੰਚਾਣੇ ਆ ਵੀ ਤੁਸੀਂ ਆਪਣੇ ਕੰਮ ਤੋਂ ਨਾ ਆਵੋ ਤੁਸੀਂ ਘਰੇ ਬੈਠੋ ਤੇ ਘਰੇ ਬੈਠਣ ਦੇ ਨਾਲ ਤੁਹਾਨੂੰ ਜਿਹੜੇ ਸਰਕਾਰ ਦੇ ਉਹਨੂੰ ਪੈਸੇ ਜਿਹੜੇ ਆ ਕੋਈ ਨਹੀਂ ਮਿਲਣੇ ਫ੍ਰੀ ਜੀ ਤੁਸੀਂ ਜਿਹੜੇ ਹੁਣ ਘਰ ਦੇ ਵਿੱਚ ਬੈਠੋ ਇਸ ਤੋਂ ਇਲਾਵਾ ਇੱਕ ਜਿਹੜੀ ਹੋਰ ਅਪਡੇਟ ਹੈ ਸਕੂਲਾਂ ਬਾਰੇ ਉਹ ਇਹ ਆ ਵੀ ਜਿਹੜੇ ਪ੍ਰੈਸਿਡੈਂਟ ਸਕੂਲਾਂ ਬਾਰੇ ਉਹ ਕਹਿ ਰਹੇ ਆ ਵੀ ਅਸੀਂ ਜਿਹੜੀ ਆ ਜੀ ਤੰਪੂਨੀ ਫ੍ਰੀ ਨਹੀਂ ਕਰਨੀ ਹੈਗੇ ਜਿਹੜੇ ਟੀਚਰ ਜਿਹੜੇ ਹੈਗੇ ਜਿਹਨੇ ਆਪਣੇ ਨੂਵੈਕਸ ਜਿਹੜੇ ਆ ਕਹਿ ਰਹੇ ਆ ਵੀ ਅਸੀਂ ਆਪਣੇ ਵੈਕਸ ਨਹੀਂ ਲਗਾਉਣਾ ਅਸੀਂ ਉਹਨਾਂ ਟੀਚਰਾਂ ਦਾ ਜਿਹੜਾ ਵੈਕਸ ਨਹੀਂ ਆ ਅਸੀਂ ਉਹਨਾਂ ਕਿ ਹਰ ਸਕੂਲ ਨੂੰ ਜਿਹੜੇ ਆ ਜੀ ਪੈਸੇ ਦਿੱਤੇ ਜਾਂਦੇ ਆ ਸਰਕਾਰ ਦੇ ਵੱਲੋਂ ਸਾਲ ਦੇ ਤੇ ਉਹ ਜਿਹੜੇ ਸਕੂਲ ਦੇ ਸਾਰੇ ਆਪਣਾ ਜੋ ਵੀ ਖਰਚਾ ਹੁੰਦਾ ਉਹਨਾਂ ਵਿੱਚੋਂ ਬਜਟ ਜਿਹੜਾ ਦਿੱਤਾ ਜਾਂਦਾ ਆ ਤੇ ਉਹਦੇ ਵਿੱਚੋਂ ਆਪਣਾ ਬਜਟ ਜਿਹੜਾ ਉਹ ਪੂਰਾ ਕਰਦੇ ਆ ਸੋ ਇਸ ਕਰਕੇ ਜੇਕਰ ਸਕੂਲ ਵਾਲੇ ਨਾਲ ਤਾਂ ਪੂਨੇ ਵੀ ਕਰਨ ਲੱਗੇ ਟੀਚਰਾਂ ਦੇ ਤੇ ਪੈਸੇ ਜਿਹੜੇ ਸਕੂਲ ਦੇ ਸਿਰ ਤੇ ਉੱਤੇ ਜਿਆਦਾ ਪੈਣਾ ਇਸ ਕਰਕੇ ਸਕੂਲਾਂ ਜਿਹੜੇ ਨੇ ਮਨਾ ਕਰ ਦਿੱਤਾ ਵੀ ਅਸੀਂ ਜਿਹੜੇ ਟੀਚਰਾਂ ਦੇ ਵੇੜੇ ਆ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਇਆ ਤਾਂ ਪੂਨੇ ਅਸੀਂ ਆਪ ਨਹੀਂ ਕਰਾਉਣਾ ਫ੍ਰੀ ਨਹੀਂ ਕਰਨੇ ਪੈਸੇ ਦੇ ਕੇ ਤਾਂ ਪੂਨੇ ਕਰਨਗੇ ਤੇ ਜਿਹੜੇ ਉਹ ਪੈਸੇ ਆ ਉਹ ਜਿਹੜੇ ਆ ਜੀ ਟੀਚਰ ਦੇ ਸਿਰ ਤੇ ਪ ਇਸ ਤੋਂ ਲੱਗਾ ਗੱਲ ਕਰੀਏ ਆਪਣੇ ਅੱਜ ਦੀ ਜਿਹੜੀ ਮੋਨੀਟਰ ਰਾਜੂ ਜਿਹੜਾ ਹੈ ਜੀ ਇਹਦੇ ਬਾਰੇ ਇਟਲੀ ਵਿੱਚ ਜਿਹੜਾ ਨਵਾਂ ਮੋਨੀਟਰ ਰਾਜੂ ਜਿਹੜਾ ਹੈ ਅੱਜ ਦਾ ਜਿਹੜਾ ਤੁਹਾਨੂੰ ਆਪਾਂ ਕੱਲ ਗੱਲ ਕੀਤੀ ਸੀਗੀ ਕਿਉਂਕਿ ਹਰ ਸ਼ੁੱਕਰਵਾਰ ਆਉਂਦਾ ਆ ਤੇ ਇਹ ਅੱਜ ਜਿਹੜਾ ਨਵਾਂ ਮੋਨੀਟਰ ਰਾਜੂ ਜਿਹੜਾ ਕਿ ਆਈਐਸਐਸ ਦੇ ਵੱਲੋਂ ਜਿਹੜਾ ਆਇਆ ਆ ਇੰਸਟੀਟੂ ਸੁਪਰੋਸਾਨਿਟਾ ਦੇ ਵੱਲੋਂ ਜਿਹੜਾ ਵਿੱਚ ਆਪਣਾ ਆਰਟੀ ਲੈਵਲ ਜਿਹੜਾ ਹੈ ਜੋ ਜਿਹੜਾ ਆ ਅੱਗੇ ਨਾਲੋਂ ਜਿਹੜਾ ਘਟਿਆ ਸਾਹਮਣੇ ਜਿਹੜਾ ਸ਼ੋ ਹੋ ਰਿਹਾ ਹੈ eco.0 ਦੇ ਕਿਹੜਾ ਆਪਣਾ ਆਰਟੀ ਲੈਵਲ ਜਿਹੜਾ ਜੀ ਆ ਚੁੱਕਾ ਆ ਪਰ ਜਿਹੜੀ ਆਪਣੀ ਇਨਸੀਡੈਂਸ ਜਿਹੜੀ ਆ ਉਹ ਜਿਹੜੀ ਜਾਦਾ ਵੱਧ ਰਹੀ ਆ ਉਹ ਜਿਹੜੀ 77 3D ਆ ਪਹੁੰਚ ਗਈ ਆ ਇਨਸੀਡੈਂਸ ਦਾ ਮਤਲਬ ਵੀ ਜਿਹੜੇ ਕੇਸ ਜਿਹੜੇ ਆ ਉਹਨੂੰ ਜਿਹੜੀ ਹਰ 1 ਲੱਖ ਬੰਦੇ ਦੇ ਪਿੱਛੇ ਕਿੰਨੇ ਕੇਸ ਆ ਰਹਿਆ ਉਹਨਾਂ ਦੀ ਜਿਹੜੀ ਗਿਣਤੀ 77 ਜਿਹੜੀ ਆ ਹੋ ਗਈ ਆ ਤੇ ਪਿਛਲੇ 10 ਜਿਹੜੇ ਇਸ ਵਕਤ ਜਿਹੜੇ 10 ਦਿਨ ਲੰਘੇ ਜਿਹਨਾਂ ਦਾ ਹੈ ਮੋਨੀਟਰ ਅੱਜ ਨਵਾਂ ਆਇਆ ਇਹਦੇ ਵਿੱਚ ਫਿਲਹਾਲ ਇਸ ਵਕਤ 10 ਸਟੇਟਸ ਜਿਹੜੀਆਂ ਐਸੀਆਂ ਜਿਹੜੀਆਂ ਕਲਾਸੀਫਾਈਡ ਕੀਤਾ ਗਿਆ ਆ ਜਿਹੜੀਆਂ ਇਸ ਵਕਤ ਉਹ ਲੋ ਰਿਸਕ ਤੋਂ ਉੱਤੇ ਉੱਠ ਕੇ ਮੋਡਰੇਟ ਰਿਸਕ ਦੇ ਵਿੱਚ ਜਿਹੜੀਆਂ ਪਹੁੰਚ ਗਈਆਂ ਨੇ ਤੇ ਇਸ ਨੂੰ ਦੇਖਦੇ ਹੋਏ ਸਿਚੀਲੀਆ ਦੇ ਵਿੱਚ ਜਿਹੜੇ ਕਈ ਜਿਹੜੇ ਇਸ ਵਕਤ ਜਿਹੜੇ ਆ ਜਿਨ੍ਹਾਂ ਵਿੱਚ ਜਿਹੜੇ orange ਜਿਹੜੇ zone ਆ ਉਹ ਜਿਹੜੇ ਆ ਬਣਾਤੇ ਗਏ ਆ ਇਸ ਤੋਂ ਬਾਅਦ ਗੱਲ ਕਰੀ ਅਗਲੀ ਅਪਡੇਟ ਦੀ ਨਿਊਜ਼ੀਲੈਂਡ ਦੇ ਜਿਹੜਾ ਲਾਕਡਾਊਨ ਜਿਹੜਾ ਜੀ ਇਹਨੂੰ ਹੁਣ ਐਕਸਟੈਂਡ ਕਰ ਦਿੱਤਾ ਗਿਆ ਲਾਕਡਾਊਨ ਜਿਹੜਾ 31 ਅਗਸਤ 2021 ਤੱਕ ਜਿਹੜਾ ਲੱਗਾ ਰਹਿਣਾ ਆ ਇਸ ਤੋਂ ਬਾਅਦ ਗੱਲ ਕਰੀ ਇੱਕ ਹੋਰ ਅਪਡੇਟ ਦੀ ਜਿਹੜੀ ਕਿ ਇਟਲੀ ਵਿੱਚ ਜਿਹੜੀ ਆ ਵਾਪਰੀ ਘਟਨਾ ਵਾਪਰੀ ਆ ਇਹ ਬੇਸਿਕਲੀ ਘਟਨਾ ਜਿਹੜੀ ਆ ਸਾਰਿਆਂ ਵਾਸਤੇ ਜਿਹੜੇ ਇੱਕ ਕਹਿ ਸਕਦੇ ਆਂ ਆਪਾਂ ਵੀ ਸਾਰਿਆਂ ਨੂੰ ਜਿਹੜੀ ਇਹਦੀ ਚੀਜ਼ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਜੇਕਰ ਤੁਸੀਂ ਤੁਹਾਨੂੰ ਕਮਨ ਫਿਰੰਦਰ ਦਾ ਸ਼ੌਂਕ ਆ ਤੁਸੀਂ ਜਿਹੜਾ ਕਾਫੀ ਟਰੈਵਲ ਕਰਦੇ ਆਂ ਇਹ ਜਿਹੜੀ ਘਟਨਾ ਜਿਹੜੀ ਹੈ ਜੇ ਇੱਕ ਮੁੰਡੇ ਤੇ ਕੁੜੀ ਦੀ ਹੈ ਬੇਸਿਕਲੀ ਇਹ ਜਿਹੜੀ ਹੈ ਜੀ ਇੱਕ ਜਿਹੜੀ ਹੈ ਪਹਾੜੀ ਇਲਾਕਾ ਸੀਗਾ ਪਿਕਨਿਕ ਲਕ ਸੀਗਾ ਮੌਂਟੇ ਫਿਉਰੀਨੋ ਜਿਹੜਾ ਕਿ ਕਾਤਨ ਜ਼ਰੋ ਦੇ ਵਿੱਚ ਜਿਹੜਾ ਪੈਂਦਾ ਹੈ ਇਲਾਕਾ ਤੇ ਇਹਦੇ ਵਿੱਚ ਜਿਹੜਾ ਕਮਨ ਫਿਰੰਦਰ ਜਿਹੜਾ ਹੈ ਪਿਕਨਿਕ ਮਨਾਉਣ ਗਏ ਸੀ ਤੇ ਜਿਸ ਕੁੜੀ ਦੇ ਨਾਲ ਇਹ ਘਟਨਾ ਵਾਪਰੀ ਉਹਦਾ ਨਾਮ ਸਿਮੋਨੇ ਸੀਗਾ ਸਿਮੋਨਾ ਕਾਬਲ ਲਾਰੂ 20 ਸਾਲ ਦੀ 20 ਸਾਲ ਦੀ ਯੂਮਰ ਸੀਗੀ ਤੇ ਜਿਸ ਜਗ੍ਹਾ ਦੇ ਉੱਤੇ ਜਿਹੜੇ ਆ ਜੀ ਇਹ ਆਪਣੀ ਪਿਕਨਿਕ ਵਗੈਰਾ ਮਨਾ ਰਹੇ ਸੀਗੇ ਤੇ ਜਿਹੜੀ ਪੋਮੇਰੀ ਜੁਨੀ ਕਿਤੇ ਪਿਆਰ ਨੂੰ ਜਿਹੜੇ ਇਹਨਾਂ ਨੇ ਸੋਚਿਆ ਵੀ ਅਸੀਂ ਜਿਹੜੇ ਆ ਥੋੜਾ ਬਹੁਤਾ ਜਿਹੜਾ ਅੰਦਰ ਜਿਹੜਾ ਜੰਗਲ ਵਗੈਰਾ ਸੀਗਾ ਕਾਫੀ ਤੇ ਅਸੀਂ ਜਿਹੜੇ ਇੱਕ ਪਾਸੇ ਜਾ ਤੇ ਜਿਹੜਾ ਕਰਕੇ ਆਉਂਦੇ ਆ ਤੇ ਨਾਲ ਜਿਹੜਾ ਇਹਦਾ ਮੁੰਡਾ ਸੀਗਾ ਤੇ ਇਹ ਦੋਨੀ ਜਾਨੀ ਸੀਗੇ ਹਸਬੰਡ ਵਾਈਫ ਨਹੀਂ ਸੀਗੇ ਇਹ ਬੇਸਿਕਲੀ ਸ਼ਾਇਦ ਇਹਨਾਂ ਦਾ ਮੰਗੇਤਰ ਹੋਣਾ ਸੋ ਦੋਨੀ ਜਾਨੀ ਜਿਹੜੇ ਸੀਗੇ ਜੀ ਇਹ ਕਾਫੀ ਜਿਹੜੇ ਕਾਫੀ ਅੰਦਰ ਤੱਕ ਜਿਹੜੇ ਜੰਗਲ ਦੇ ਵਿੱਚ ਜਿਹੜੇ ਚਲੇ ਗਏ ਜਦੋਂ ਤੇ ਸਾਹਮਣੂ ਜਿਹੜਾ ਇੱਕ ਸੜਕ ਸੀਗੀ ਜਿਹਦੇ ਉੱਤੇ ਇੱਕ ਪੂਰਾ ਦਾ ਪੂਰਾ ਬਰਾਂਕੋ ਆ ਰਹੇ ਸੀਗਾ ਕਾਹਣੀ ਦਾ ਬਰਾਂਕੋ ਮਤਲਬ ਹੀ ਪੂਰਾ ਦਾ ਪੂਰਾ ਗਰੁੱਪ ਸੀਗਾ ਕੁੱਤਿਆਂ ਦਾ ਜਿਹਦੇ ਵਿੱਚ ਕਾਫੀ ਅਗਰੈਸਿਵ ਜਿਹੜੇ ਡੌਗਸ ਸੀਗੇ ਤੇ ਜਦੋਂ ਜਿਹੜਾ ਜਿਹੜੇ ਗਰੁੱਪ ਆ ਰਹੇ ਸੀਗਾ ਕੁੱਤਿਆਂ ਦਾ ਇਹਨਾਂ ਨੇ ਜਿਹੜੇ ਹੈ ਜੀ ਇਹਨਾਂ ਨੂੰ ਜਿਹੜਾ ਪਾ ਲਿਆ ਦੋਨੋਂ ਨੇ ਭੱਜਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਭੱਜ ਜਿਹੜੇ ਸਕੇ ਨਹੀਂ ਜਿਹੜਾ ਦੋਸਤ ਸੀਗਾ ਇਹਦਾ ਉਹ ਤਾਂ ਜਿਹੜਾ ਹੈ ਜੀ ਕਾਫੀ ਹੱਦ ਤੱਕ ਇਹੋਨੇ ਆਪਣੇ ਨੂੰ ਬਚਾ ਲਿਆ ਕਿਉਂਕਿ ਉਹ ਭੱਜ ਗਿਆ ਤੇ ਲੁਕ ਗਿਆ ਜੱਕ ਕੇ ਤੇ ਪਰ ਜਿਹੜੀ ਕੁੜੀ ਸੀਗੀ ਕੁਲੀ ਜਿਹੜੀ ਹੈ ਤੇ ਕੁੜੀ ਨੂੰ ਜਿਹੜੇ ਆ ਜੀ ਇਹਨਾਂ ਨੇ ਕਾਫੀ ਜ਼ਿਆਦਾ ਦੇ ਉੱਤੇ ਅਟੈਕ ਕਰ ਦਿੱਤਾ ਤੇ ਜਿਹਦੇ ਕਰਕੇ ਕੁੜੀ ਦੀ ਮੌਤ ਹੋ ਗਈ। ਤੇ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਸਾਰਾ ਇਹ ਕੰਮ ਜਿਹੜਾ ਦੇਖਿਆ ਉਸ ਤੋਂ ਬਾਅਦ ਜਿਹੜੇ ਉੱਥੇ ਦੇ ਮਾਨਜਿਸਟਰੇਟੂਰਾ ਉਹਨਾਂ ਨੇ ਜਿਹੜੇ ਆ ਇੰਦਾਜ ਜੀ ਨੇ ਜਿਹੜੇ ਓਪਨ ਕਰ ਦਿੱਤੇ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਹੈ ਜਿਹੜੇ ਡੌਗ ਸੀਗੇ ਇਹਨਾਂ ਦੇ ਸਾਰਿਆਂ ਦੀ ਪਤਾ ਕੀਤਾ ਜਾਵੇ ਤੇ ਜਿਹੜਿਆਂ ਦੇ ਪ੍ਰੋਪਰਟੀ ਜਿਹੜੇ ਇਹਨਾਂ ਦੇ ਮਾਲਕ ਹੈ ਉਹਨਾਂ ਦਾ ਪਤਾ ਕੀਤਾ ਜਾਵੇ ਕਿਉਂਕਿ ਜੰਗਲ ਦੇ ਵਿੱਚ ਇਦਾਂ ਗਰੁੱਪ ਜਿਹੜੇ ਜਿਹਨਾਂ ਨੇ ਤੇ ਹਮਲਾ ਹੈ ਕੀਤਾ ਜਿਹੜਾ ਕੁੱਤਿਆਂ ਨੇ ਇਹ ਜਿਹੜੇ ਆਮ ਨਹੀਂ ਸੀਗੇ ਇਹ ਪਾਲਤੂ ਸੀਗੇ। ਇਸ ਕਰਕੇ ਇਹਨਾਂ ਦੇ ਜਿਹੜੇ ਪ੍ਰਾਪਰਟੀ ਵਾਲੇ ਜਿਹੜੇ ਇਹਨਾਂ ਦੇ ਮਾਲਕ ਆ ਹੁਣ ਉਹਨਾਂ ਦੇ ਉੱਤੇ ਜਿਹੜੇ ਕੇਸ ਪੈਣਾ ਵੀ ਤੁਸੀਂ ਕਿਦਾਂ ਖੁੱਲੇ ਜਾਨਵਰ ਛੱਡੇ ਆਪਣੇ ਸੋ ਬਾਕੀ ਜੇਕਰ ਤੁਸੀਂ ਵੀ ਵੀਰੂ ਕੋਈ ਸਜੰਗਲੀ ਲੱਕੇ ਵਿੱਚ ਘੁੰਮਣ ਜਾ ਰਹੇ ਹੋ ਜਾਂ ਕਿਸੇ ਹੋਰ ਲੱਕੇ ਦੇ ਵਿੱਚ ਜਾ ਰਹੇ ਹੋ ਧਿਆਨ ਦੇ ਨਾਲ ਜਾਓ ਕਿਉਂਕਿ ਜਾਨਵਰ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੱਥੋਂ ਵੀ ਆ ਸਕਦਾ ਆ ਤੇ ਲਾਸਟ ਵਿੱਚ ਫਲਾਈਟਸ ਬਾਰੇ ਆਪਾਂ ਨੂੰ ਪੁੱਛ ਰਹੇ ਜੀ ਫਲਾਈਟਸ ਬਾਰੇ ਆਪਾਂ ਜਿਹੜੀ ਹੈ ਜੀ ਨਵੀਂ ਇਨਫੋਰਮੇਸ਼ਨ ਜਿਹੜੀ ਹੈ ਪਤਾ ਲੱਗ ਗਈ ਨਹੀਂ 1-2 ਦਿਨ ਦੇ ਵਿੱਚ ਤੇ ਇਸ ਤਾਈ ਗੱਸਤਾ ਜੋ ਹੋ ਚੁੱਕੀ ਹੈ ਸਤੰਬਰ ਮਹੀਨੇ ਵਿੱਚ ਨੀਆਂ ਫਲਾਈਟਸ ਖੁੱਲਣਗੀਆਂ ਜਾਂ ਨਹੀਂ ਖੁੱਲਣਗੀਆਂ ਇਹਦੇ ਬਾਰੇ ਆਪਾਂ ਨੂੰ ਜਿਹੜੇ ਹੋਮ ਇੱਕ ਦੋ ਦਿਨ ਦੇ ਵਿੱਚ ਪਤਾ ਲੱਗ ਜਾਣਾ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਕੋਈ ਆਪਣੇ ਵੱਲੋਂ ਗੱਲ ਕਹਿ ਦਮਾ ਉਹ ਗੱਲ ਸਹੀ ਨਹੀਂ ਹੈਗੀ ਸੋ ਇਹ ਤੁਹਾਨੂੰ ਆਫੀਸ਼ੀਅਲ ਇਨਫੋਰਮੇਸ਼ਨ ਜਿਹੜੀ ਮਿਲੂਗੀ ਤੁਹਾਨੂੰ ਆਪਣੀ ਉਹਦੇ ਦੱਸਾਂਗੇ ਤੇ ਬਾਕੀ ਉਮੀਦ ਇਹੀ ਕਰਦੇ ਆ ਵੀ ਜਿਹੜੀਆਂ ਡਾਇਰੈਕਟ ਫਾਇਰਸ ਜਿਹੜੀਆਂ ਜੀ ਹੁਣ ਚਾਂਸ ਤਾਂ ਹੈਗੇ ਆ ਖੁੱਲਣ ਦੇ ਵੀ ਸਰਕਾਰ ਜਿਹੜੀ ਡਾਇਰੈਕਟ ਫਾਇਰ ਜਿਹੜੀਆਂ ਚਲਾ ਸਕਦੀਆਂ ਸਤੰਬਰ ਮਹੀਨੇ ਦੇ ਵਿੱਚ ਕਿਉਂਕਿ ਹੁਣ ਕਾਫੀ ਹੱਦ ਤੱਕ ਜਿਹੜੇ ਲੋਕਾਂ ਦੇ ਵੈਕਸੀਨੇਸ਼ਨ ਲੱਗ ਚੁੱਕੇ ਆ ਪਰ ਇਹਦੇ ਬਾਰੇ ਹਲੇ ਪਹਿਲਾਂ ਕੋਈ ਇਹਨਾਂ ਦਾ ਵਿਚਾਰ ਦੇਣਾ ਮੁਸ਼ਕਲ ਆ ਸਬੀਟ ਕਰਾਂਗੇ ਅਸੀਂ ਤੇ ਬਾਕੀ ਤੁਹਾਨੂੰ ਅਪਡੇਟ ਦੇ ਦਈਏ ਜਲਦੀ ਦੰਨੇ ਆ ਤੇ ਇਸ ਤੋਂ ਇਲਾਵਾ ਬਾਕੀ ਜਿਹੜੇ ਆਪਣੀ ਵੀਸਨ ਕਮੈਂਟ ਕਰਦੇ ਹਰ ਰੋਜ਼ ਨੂੰ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਪਸੰਦ ਕਰਦੇ ਤੁਹਾਨੂੰ ਚੰਗੀਆਂ ਲੱਗਦੀਆਂ ਵੀਡੀਓਜ਼ ਕਿਸੇ ਵੱਲੇ ਰਿਪਲਾਈ ਤੇ ਜਦੋਂ ਤੁਸੀਂ ਲਿਖਦੇ ਆ ਕਾਫੀ ਵਧੀਆ ਲੱਗਦਾ ਸਾਨੂੰ ਤੇ ਬਾਕੀ ਤੁਸੀਂ ਆਪਣਾ ਹਰ ਰੋਜ਼ ਕੀਮਤੀ ਸਮਾਂ ਕੱਢ ਕੇ ਵੀਡੀਓ ਦਿਖਾਦੇ ਆ ਤੇ ਦੱਸਦੇ ਆ ਜਾਂਦਾ ਬਹੁਤ ਬਹੁਤ ਧੰਨਵਾਦੀ ਮਿਲਦੇ ਆ ਆਪਾਂ ਹੁਣ ਕੱਲ੍ਹ ਦੀਆਂ ਅਪਡੇਟ ਦੇ ਨਾਲ ਤਾਂ ਤੇ ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਤੇ ਸਾਰਿਆਂ ਨੂੰ ਸਾਡੇ ਵੱਲੋਂ ਹੈਪੀ ਵੀਕਐਂਡ ਬਹੁਣ ਵੀਕਐਂਡ